ਆ ਯਾਰ, ਇਹਨਾਂ ਨੇ ਨਾ ਚਿੱਟੇ ਵਾਲਾਂ ਨੇ ਤਪਾ ਮਾਰਿਆ। ਰਮਨ, ਇਹਨਾਂ ਦਾ ਕੋਈ ਹੱਲ ਕਰ ਯਾਰ ਚਿੱਟੇ ਵਾਲਾਂ ਦਾ। ਲਓ ਜੀ, ਉਮਰ ਹੋ ਗਈ, ਹੁਣ ਵਾਲ ਤਾਂ ਚਿੱਟੇ ਆਉਣਗੇ। ਲੈ ਹੱਸੀ ਨੀ ਰਮਨ ਯਾਰ, ਸਾਰੀ ਦਾ ਦਾੜੀ ਚਿੱਟੀ ਹੋ ਗਈ, ਆਹ ਦੇਖ ਲਾ ਸਾਰਾ ਸਿਰ ਚਿੱਟਾ ਹੋਇਆ ਪਿਆ ਯਾਰ। ਸ਼ੀਸ਼ੇ 'ਚ ਖੜੇ ਨੂੰ ਵੀ ਮੈਨੂੰ ਤਾਂ ਸ਼ਰਮ ਆਉਂਦੀ ਹੈ, ਕਿਵੇਂ ਦੇਖਾਂ ਇਹਦੇ 'ਚ। ਤੂੰ ਮੈਨੂੰ ਕੋਈ ਨਾ ਹੱਲ ਕਰਕੇ ਦੇ ਦੇ, ਮੇਰੇ ਵਾਲ ਕਾਲੇ ਕਰਦੇ ਕਿਵੇਂ ਕਰਦੇ। ਰਮਨ, ਡਾਈ ਮੇਰੇ ਚੱਲ ਜਾਂਦੀ ਆ, ਕੋਈ ਇਹੋ ਜਿਹੀ ਡਾਈ ਬਣਾ ਕੇ ਦੇ ਦੇ ਜਿਹੜੇ ਮੇਰੇ ਵਾਲ ਕਾਲੇ ਹੋ ਜਾਣ, ਬਸ ਕੱਲ੍ਹ ਨੂੰ ਮੈਂ ਵਿਆਹ 'ਤੇ ਜਾਣਾ ਅਤੇ ਸ਼ੀਸ਼ੇ 'ਚ ਖੜਨ ਜੋਗਾ ਕਰਦੇ ਬਸ। ਹੈਗਾ ਜੀ ਇੱਕ ਹੱਲ, ਅਤੇ ਤੁਹਾਨੂੰ ਕਰਦੀ ਹਾਂ ਸ਼ੀਸ਼ਾ ਦੇਖਣ ਜੋਗਾ। ਆ ਜਾਓ ਫਿਰ। ਲਓ ਜੀ, ਪਾਣੀ ਗਰਮ ਕਰ ਲਿਆਂਦਾ ਆਪਾਂ। ਠੀਕ ਆ, ਜਮਾ ਉਬਲਦਾ ਉਬਲਦਾ ਚਾਹੀਦਾ ਪਾਣੀ ਰਮਨ ਹੈ। ਹਾਂਜੀ, ਉਬਾਲੇ ਦਵਾ ਲਿਆਂਦੇ, 2 ਗਲਾਸ ਲਏ ਨੇ ਜੀ, ਇਹ ਆਪਾਂ ਵੱਧ ਘੱਟ ਲੈ ਸਕਦੇ ਹਾਂ। ਠੀਕ ਹੈ ਜੀ, ਅਤੇ ਇਹਨੂੰ ਕਿਵੇਂ, ਲੋਹੇ ਦੀ ਕੜਾਹੀ 'ਚ ਪਾਉਣਾ? ਹਾਂਜੀ, ਕੜਾਹੀ ਲੋਹੇ ਦੀ ਹੀ ਹੋਣੀ ਚਾਹੀਦੀ ਆ, ਮਤਲਬ ਫੇਰ ਹੀ ਵਧੀਆ ਰੰਗ ਚੜ੍ਹਦਾ ਜੀ। ਠੀਕ ਹੈ ਜੀ, ਅਤੇ ਮਤਲਬ 2 ਗਲਾਸ ਆਪਾਂ ਗਰਮ ਗਰਮ ਪਾਣੀ ਦੇ ਲੈਣੇ ਨੇ। ਐਂ ਨਹੀਂ ਹੈਗਾ ਵੀ ਆਪਾਂ ਨਿੱਘਾ ਜਿਹਾ ਲੈ ਲਿਆ, ਜਾਂ ਆਪਾਂ ਨੂੰ ਐਵੇਂ ਹੋ ਵੀ ਗਰਮ ਪਾਣੀ ਹੀ ਲੈ ਲਿਆ, ਪੂਰਾ ਉਬਲਦਾ ਪਾਣੀ ਲੈਣਾ। ਠੀਕ ਹੈ, ਮੈਨੂੰ ਕਟਿੰਗ ਵਾਲੇ ਕੋਲ ਜਾਣ ਦੀ ਲੋੜ ਤਾਂ ਨਹੀਂ ਪੈਣੀ ਰੰਗ ਕਰਾਉਣ? ਨਹੀਂ ਨਹੀਂ ਜੀ, ਅਤੇ 2 ਚਮਚੇ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਚਾਹ ਪੱਤੀ ਦੇ, ਜਿਹੜੀ ਆਪਾਂ ਘਰ ਵਿੱਚ ਚਾਹ ਵਰਤਦੇ ਹਾਂ ਜੀ, ਇਹ ਕੋਈ ਵੀ ਆਪਾਂ ਲੈ ਸਕਦੇ ਹਾਂਗੇ। ਠੀਕ ਹੈ, ਅਤੇ ਇਹਦੇ ਵਿੱਚ ਤੁਸੀਂ 1/2 ਚਮਚ ਕੌਫੀ ਦਾ ਵੀ ਪਾ ਸਕਦੇ ਹੋ ਜੀ। ਠੀਕ ਹੈ, ਕੌਫੀ ਦਾ ਵੀ ਪਾ ਸਕਦੇ ਆਪਾਂ, 1/2 ਚਮਚ ਤਾਂ ਨਹੀਂ ਚਾਹ ਪੱਤੀ ਤਾਂ ਪਾਉਣੀ ਪਾਉਣੀ। ਹਾਂਜੀ ਹਾਂਜੀ, 2 ਚਮਚ ਚਾਹ ਪੱਤੀ ਦੇ ਪਾ ਲਏ, ਅਤੇ 2 ਚਮਚੇ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਆਮਲਾ ਪਾਊਡਰ ਦੇ। ਆਮਲਾ ਪਾਊਡਰ? ਹਾਂਜੀ, ਕਰਨਾ ਕੁਛ ਵੀ ਨਹੀਂ ਹੈਗਾ, ਬਸ ਆਪਣਾ ਮਿੰਟੋ ਮਿੰਟ ਹੀ ਬਹੁਤ ਵਧੀਆ ਤਿਆਰ ਹੋ ਜੂਗਾ। ਅਤੇ ਪਰ ਜੇਕਰ ਟਾਈਮ ਹੈਗਾ ਫਿਰ ਤਾਂ ਤੁਸੀਂ ਇਹ ਰਾਤ ਨੂੰ ਹੀ ਕਰਕੇ ਰੱਖ ਦੇ, ਇਹਨੂੰ ਮਤਲਬ ਲੋਹੇ ਦੀ ਕੜਾਹੀ 'ਚ ਐਵੇਂ ਭਿਉਂ ਕੇ ਰੱਖ ਦੇਣਾ। ਘੱਟੋ ਘੱਟ ਤੁਸੀਂ 5 ਘੰਟੇ ਤਾਂ ਇਹਨੂੰ ਆਪਾਂ ਐਵੇਂ ਰੱਖਣੀ ਰੱਖਣਾ ਜੀ, ਜ਼ਿਆਦਾ ਮਿਹਨਤ ਦੀ ਲੋੜ ਨਹੀਂ, ਬਸ ਇਹਨੂੰ ਟਾਈਮ ਹੀ ਚਾਹੀਦਾ ਆਪਾਂ ਨੂੰ। ਇਹ ਸਾਰਾ ਸਮਾਨ ਆਪਾਂ ਵਿੱਚ ਪਾ ਕੇ 2 ਚਮਚ ਚਾਹ ਪੱਤੀ, 2 ਚਮਚ ਆਮਲਾ ਪਾਊਡਰ ਗਰਮ ਪਾਣੀ 'ਚ ਪਾ ਕੇ ਆਪਾਂ ਇਹਨੂੰ ਰੱਖ ਦੇਣਾ ਜੀ। ਠੀਕ ਹੈ, ਐਵੇਂ ਜੁੱਕਰੀ ਨੂੰ ਬਸ ਸਾਰੀ ਰਾਤ ਭਿਉਂ ਕੇ ਰੱਖ ਦੇਣਾ। ਹਾਂਜੀ, ਕੜਾਹੀ ਮੈਂ ਪਹਿਲਾਂ ਦੱਸਿਆ ਵੀ ਲੋਹੇ ਦੀ ਹੋਵੇ ਤਾਂ ਵਧੀਆ ਰਿਜ਼ਲਟ ਆਉਂਦਾ ਜੀ, ਅਤੇ ਫਿਰ ਆਪਾਂ ਅੱਗੇ ਦੱਸਾਂਗੇ ਵੀ ਆਪਾਂ ਕਿਵੇਂ ਬਹੁਤ ਸੋਹਣੀ ਜਿਹੜੀ ਡਾਈ ਉਹ ਘਰ ਵਿੱਚ ਹੀ ਤਿਆਰ ਕਰ ਸਕਦੇ ਹਾਂ। ਠੀਕ ਹੈ, ਕਿਉਂਕਿ ਕੈਮੀਕਲ ਵਾਲੀਆਂ ਹੁੰਦੀਆਂ ਨੇ ਜਿਹਦੇ ਕਰਕੇ ਆਪਣੇ ਕੋਈ ਵੀ ਰਿਐਕਸ਼ਨ ਹੋ ਜਾਂਦੀ ਹੈ। ਉਹਦਾ ਰਿਐਕਸ਼ਨ ਕਰ ਹੀ ਜਾਂਦੀ ਹੈ ਰਮਨ, ਮੇਰੇ ਤਾਂ ਕੰਨ ਮੂੰਹ ਸਿਰ ਸਾਰਾ ਕੁਝ ਲਾਲ ਕਰ ਦਿੰਦੀ ਆ। ਹਾਂਜੀ, ਅਤੇ ਨਾਲੇ ਵਾਲਾਂ ਨੂੰ ਵੀ ਬਹੁਤ ਸਾਰੀ ਜਿਹੜੀ ਪ੍ਰੋਬਲਮ ਆਉਂਦੀਆਂ ਨੇ, ਟੁੱਟਣ ਲੱਗ ਜਾਂਦੇ ਨੇ ਜੀ, ਜਾਂ ਬਹੁਤ ਜ਼ਿਆਦਾ ਖਰਾਬ ਹੋ ਜਾਂਦੇ ਨੇ, ਪਰ ਇਹ ਤਰੀਕਾ ਬਹੁਤ ਵਧੀਆ ਜੀ, ਅਤੇ ਹੁਣ ਆਪਾਂ ਇਹਨੂੰ 5 ਘੰਟੇ ਵਾਸਤੇ ਭਿਉਂ ਕੇ ਰੱਖ ਦਾਂਗੇ। ਲਓ ਜੀ, ਆਪਾਂ ਰਾਤ ਭਰ ਲਈ ਪਾਣੀ ਭਿਉਂ ਕੇ ਰੱਖਤਾ ਸੀਗਾ ਪਾਣੀ 'ਚ ਚੀਜ਼ਾਂ ਪਾ ਕੇ, ਤੇ ਤੁਸੀਂ ਦੇਖ ਸਕਦੇ ਹੋ ਵੀ ਇਹ ਕਿੰਨਾ ਕਾਲਾ ਹੋ ਗਿਆ, ਤੇ ਇਹ ਆਪਣੇ ਡਾਈ ਦੇ ਕੰਮ ਆਊਗਾ ਜੀ। ਇਹ ਤਾਂ ਜਮਾ ਰਮਨ ਕਾਲਾ ਹੋ ਗਿਆ ਪੂਰਾ ਯਾਰ। ਹਾਂਜੀ, ਤੇ ਆਪਾਂ ਪਹਿਲਾਂ ਕਿਹਾ ਵੀ ਲੋਹੇ ਦੀ ਕੜਾਹੀ 'ਚ ਹੀ ਭਿਉਣਾ, ਤੇ ਜੇਕਰ ਟਾਈਮ ਨਹੀਂ ਹੈਗਾ ਤਾਂ ਇਹਨੂੰ ਘੱਟੋ ਘੱਟ 5 ਘੰਟੇ ਤਾਂ ਭਿਉਂ ਕੇ ਰੱਖਣਾ ਆਮਲਾ ਪਾਊਡਰ ਤੇ ਚਾਹ ਪੱਤੀ ਨੂੰ ਜੀ। ਠੀਕ ਹੈ ਜੀ, ਇਹ ਤੁਸੀਂ ਪਹਿਲਾਂ ਹੀ ਭਿਉਂਦਾ ਸੀਗਾ? ਹਾਂਜੀ, ਤੇ ਇੱਕ ਆਪਾਂ ਨੂੰ ਚਾਹੀਦੀ ਜੀ ਹਲਦੀ, ਇਹ ਆਪਾਂ ਵਾਲਾਂ ਦੇ ਹਿਸਾਬ ਨਾਲ ਵੱਧ ਘੱਟ ਲੈ ਸਕਦੇ ਹਾਂ, ਆਪਾਂ 2 ਚਮਚ ਲਏ ਨੇ, ਤੇ ਇਹਨੂੰ ਆਪਾਂ ਤਵੇ ਤੇ ਪਾ ਕੇ ਪੂਰੀ ਤਰ੍ਹਾਂ ਭੁੰਨ ਲੈਣਾ, ਮਤਲਬ ਕਾਲੀ ਕਰ ਲੈਣਾ, ਮਚਾ ਲੈਣਾ ਇਹਨੂੰ। ਹਾਂਜੀ, 2 ਚਮਚ ਲਏ ਨੇ। ਠੀਕ ਹੈ, ਚੰਗੀ ਤਰ੍ਹਾਂ ਆਪਾਂ ਇਹਨੂੰ ਭੁੰਨ ਲਾਂਗੇ ਜੀ। ਠੀਕ ਹੈ, ਅੱਜ ਤਾਂ ਹੁਣ ਦਵਾ ਵੀ ਨਵਾਂ ਲਾ ਲਿਆ ਫਿਰ ਮੇਰੇ ਵਾਲਾਂ ਵਾਸਤੇ ਹੈ। ਹਾਂਜੀ, ਤੇ ਇੱਕ ਆਪਾਂ ਲਵਾਂਗੀ ਜੀ ਮਹਿੰਦੀ। ਠੀਕ ਹੈ, ਇਹ ਵਧੀਆ ਔਰਗੈਨਿਕ ਮਹਿੰਦੀ ਲਈ ਹੈ ਜੀ, ਕੋਈ ਕੈਮੀਕਲ ਨਹੀਂ, ਬਹੁਤ ਹੀ ਵਧੀਆ ਪਿਓਰ ਆ ਜੀ, ਤੇ ਆਹ ਹਲਦੀ ਦੇ ਵੀ ਬਹੁਤ ਹੀ ਫਾਇਦੇ ਨੇ, ਇਹ ਵੀ ਆਪਣੇ ਵਾਲਾਂ ਨੂੰ ਕਾਲਾ ਵੀ ਕਰੂਗੀ ਤੇ ਆਪਣੇ ਵਾਲਾਂ ਨੂੰ ਮਤਲਬ ਡੈਮੇਜ ਵੀ ਨਹੀਂ ਹੋਣ ਦੂਗੀ, ਬਹੁਤ ਵਧੀਆ ਰਿਜ਼ਲਟ ਲਿਓ। ਹੁਣ ਕਈ ਪ੍ਰਕਾਰ ਦੀਆਂ ਡਾਈਆਂ ਵਿੱਚ ਬਹੁਤ ਜ਼ਿਆਦਾ ਕੈਮੀਕਲ ਹੁੰਦੇ ਨੇ ਜਿਹਦੇ ਕਰਕੇ ਆਪਣੇ ਜਿਹੜੇ ਵਾਲ ਆ ਉਹ ਖਰਾਬ ਹੋ ਜਾਂਦੇ ਨੇ, ਉਹ ਵੀ ਜਿਹੜੀ ਚਮੜੀ 'ਤੇ ਰਿਐਕਸ਼ਨ ਹੋ ਜਾਂਦੀ ਹੈ ਜੀ। ਠੀਕ ਹੈ ਜੀ, ਅਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਭੁੰਨ ਲਾਂਗੇ ਜੀ। ਠੀਕ ਹੈ, ਇੱਕ ਵਾਰੀ ਹੁਣ ਆਪਾਂ ਇਹਨੂੰ ਭੁੰਨ ਲਗੇ ਪੂਰੀ ਚੰਗੀ ਤਰ੍ਹਾਂ, ਕਾਲੀ ਕਰ ਲਗੇ। ਹਾਂਜੀ, ਲੈ ਰਹੇ ਤਾਂ ਕੋਲੇ ਬਣ ਗਏ ਹੋਏ। ਹਾਂਜੀ, ਇਹਨੂੰ ਚੰਗੀ ਤਰ੍ਹਾਂ ਆਪਾਂ ਭੁੰਨ ਲੈ, ਮਤਲਬ ਕਾਲੀ ਕਰ ਲੈਣੀ, ਮਚਾ ਲੈਣੀ ਹੈ ਜੀ ਹਲਦੀ ਆਪਾਂ। ਠੀਕ ਹੈ ਜੀ, ਕਾਲੀ ਕਰਕੇ ਆਪਾਂ ਇਹਨੂੰ ਮਤਲਬ ਥੋੜ੍ਹੀ ਜਿਹੀ ਠੰਡੀ ਕਰ ਲੈਣੀ ਹੈ। ਹਾਂਜੀ, ਇਹ ਠੰਡੀ ਕਰ ਲਈ ਜੀ ਆਪਾਂ, ਤੇ ਇੱਧਰ ਜਿਹੜਾ ਆਪਾਂ ਪਾਣੀ ਰੱਖਿਆ ਹੋਇਆ ਸੀ ਜੀ ਪੂਰੀ ਰਾਤ ਵਾਸਤੇ, ਇਹ ਪੂਰਾ ਕਾਲਾ ਹੋ ਚੁੱਕਿਆ ਹੈ ਤੇ ਡਾਈ ਦੇ ਕੰਮ ਆਊਗਾ, ਇਹਦੇ ਵਿੱਚ ਆਪਾਂ ਹੋਰ ਪਾਣੀ ਨਹੀਂ ਯੂਜ਼ ਕਰਨਾ, ਇਹੀ ਪਾਣੀ ਵਰਤਣਾ ਜੀ। ਠੀਕ ਹੈ, ਹੁਣ ਆਪਾਂ ਇਹਨੂੰ ਪੁਣ ਲਾਂਗੇ ਜੀ। ਹਾਂਜੀ, ਠੀਕ ਹੈ ਜੀ, ਅੱਡ ਭੰਡੇ 'ਚ ਕੱਢ ਕੇ ਪੁਣ ਲੈਣਾ। ਹਾਂਜੀ, ਗਾਰਜੀ ਕੀ ਰਹਿਣ ਦੇ ਚੋਲ, ਇਹ ਆਮਲਾ ਪਾਊਡਰ ਤੇ ਚਾਹ ਪੱਤੀ ਹੈ ਜੀ, ਤੇ ਇਹਦੇ ਵਿੱਚ ਆਪਾਂ ਕੌਫੀ ਵੀ ਐਡ ਕਰ ਸਕਦੇ ਹਾਂ। ਠੀਕ ਹੈ, ਨਹੀਂ ਚਾਹ ਪੱਤੀ ਤੇ ਆਮਲਾ ਪਾਊਡਰ ਹੀ ਕਾਫੀ ਹੈ। ਆਮਲੇ ਪਾਊਡਰ ਦੇ ਤਾਂ ਬਹੁਤ ਸਾਰੇ ਫਾਇਦੇ ਨੇ ਜੀ, ਵਾਲਾਂ ਨੂੰ ਕਾਲੇ ਵੀ ਕਰਦਾ ਗਾ, ਤੇ ਮਤਲਬ ਉਹਨਾਂ ਵਿੱਚ ਸ਼ਾਈਨ ਵੀ ਲਿਆਉਂਦਾ ਜੀ, ਬਹੁਤ ਵਧੀਆ ਕਾਲਸ ਜੀ ਜੰਮੀਆਂ ਇਹ ਆਮਲੇ ਪਾਊਡਰ ਦੀ ਹੈ ਜੀ, ਤਾਂ ਹੀ ਇਹ ਪਾਣੀ ਤਿਆਰ ਕਰਿਆ ਜੀ, ਤੇ ਇਹਦੇ ਬਹੁਤ ਹੀ ਫਾਇਦੇ ਨੇ ਵਾਲਾਂ ਵਾਸਤੇ। ਕਾਲਾ ਕਾਲਾ ਹੋ ਗਿਆ ਪਾਣੀ ਚ। ਹਾਂਜੀ,
ਤੇ ਹੁਣ ਜਿੱਧਰ ਇਹ ਆਪਾਂ ਹਲਦੀ ਲਈ ਜੇ ਆਪਾਂ ਲਈਏ 2 ਚਮਚ, ਇਹਨੂੰ ਵੀ ਆਪਾਂ ਇੱਕ ਭਾਂਡੇ ਵਿੱਚ ਕੱਢ ਲਾਂਗੇ ਸਾਰੀ ਨੂੰ। ਠੀਕ ਹੈ ਜੀ, ਬਾਲਾਂ ਦੇ ਮਤਲਬ ਪੂਰੀ ਐਂ ਭੁੰਨ ਕੇ ਕੋਲੇ ਬਣਾ ਕੇ ਇਹਦਾ ਤੇ 2 ਚਮਚਾਂ ਦਾ ਠੰਡੀ ਕਰ ਲਈ। ਹਾਂਜੀ ਹਾਂਜੀ, ਇਹ ਆਪਾਂ ਬਾਲਾਂ ਦੇ ਹਿਸਾਬ ਨਾਲ ਵੱਧ ਘੱਟ ਲੈ ਸਕਦੇ ਹਾਂ ਜੀ। ਠੀਕ ਹੈ, ਜੇ ਬਾਲ ਘੱਟ ਰਹੇ ਤਾਂ ਫਿਰ ਆਪਾਂ 1 ਚਮਚੀ ਲੈ ਸਕਦੇ, ਜੇ ਵੱਧ ਤਾਂ ਵੱਧ ਵੀ ਲੈ ਸਕਦੇ ਹਾਂ। ਜਿਵੇਂ ਕਹਿੰਦੇ ਹੁੰਦੇ ਹਲਦੀ ਦੇ ਦਾਗ ਨਹੀਂ ਲੈਂਦੇ ਬੁੱਲੇ ਬਰੀ, ਹੈਨਾ। ਹਾਂਜੀ, ਤੇ ਚਾਹ ਪੱਤੀ ਵੀ ਹੁਣ ਜਿਵੇਂ ਵਿੱਚ ਪਾਈ ਆ ਉਹਦੇ ਵੀ ਜਿਵੇਂ ਦਾਗ ਛੇਤੀ ਛੇਤੀ ਲੈਂਦੇ ਨੇ, ਉਸ ਪ੍ਰਕਾਰ ਇਹ ਡਾਈ ਬਣ ਜਾਂਦੀ ਹੈ ਜੀ। ਛੇਤੀ ਛੇਤੀ ਮਤਲਬ ਲੈਂਦੀ ਨਹੀਂ, ਬਹੁਤ ਵਧੀਆ ਰਿਜ਼ਲਟ ਲਿਆਉਂਦੀ ਹੈ। ਨਾਲ ਇਹਦੇ ਵਿੱਚ ਆਪਾਂ ਨੈਚੁਰਲ ਚੀਜ਼ ਪਏ ਨੇ, ਆ ਜਿਹੜੀ ਮਹਿੰਦੀ ਹੈ ਇਹ ਵੀ ਆਪਾਂ ਔਰਗੈਨਿਕ ਲਈ ਹੈ ਜੀ। ਠੀਕ ਹੈ, ਤੇ ਆਹ ਆਪਾਂ ਹਲਦੀ ਇਹਦੇ ਵੀ ਬਹੁਤ ਫਾਇਦੇ ਹੁੰਦੇ ਨੇ ਗੇ ਚਾਹ ਪੱਤੀ ਹੋ। ਮਹਿੰਦੀ ਆਪਾਂ ਦੋਸਤੋ ਔਰਗੈਨਿਕ ਹੀ ਲਿਆਇਓ, ਜੇ ਪਤਾ ਕਰਕੇ ਨਾ ਦੁਕਾਨ ਵਾਲਿਆਂ ਨੂੰ ਕਹਿ ਕੇ ਕਿ ਵੀ ਬਾਈ ਵਧੀਆ ਚੰਗੀ ਮਹਿੰਦੀ ਦੇ ਦੇ। ਤੇ ਇਹਦੇ ਵੀ ਆਪਾਂ 2 ਚਮਚ ਪਾ ਲਾਂਗੇ ਜੀ। ਇਹ ਵੀ ਆਪਾਂ ਬਾਲਾਂ ਦੇ ਹਿਸਾਬ ਨਾਲ 1 ਚਮਚ, 2 ਚਮਚ, 3 ਚਮਚ, ਜਿੰਨੇ ਵੀ ਆਪਾਂ ਨੂੰ ਮਤਲਬ ਲੋੜ ਹੋਣੀ ਕਿ ਆਪਾਂ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣੀ ਹੈ ਜੀ। ਮਹਿੰਦੀ ਤਾਂ ਆਪਾਂ ਉਹ ਵੀ ਬਾਲਾਂ ਤੇ ਬੁੜੀਆਂ ਜਿਵੇਂ ਲਾ ਲੈਂਦੀਆਂ ਰਮਣ, ਹੈ ਨਾ। ਹਾਂਜੀ, ਜੇ ਤੁਸੀਂ ਬਹੁਤ ਵਧੀਆ ਰਿਜ਼ਲਟ ਚਾਹੁੰਦੇ ਹੋ ਨਾ, ਮਤਲਬ ਟਾਈਮ ਜੇਕਰ ਹੈਗਾ ਆਪਣੇ ਕੋਲੇ, ਤਾਂ ਜਿਹੜੀ ਆਪਾਂ ਮਹਿੰਦੀ ਭਿਉਵਾਂਗੇ ਇਹਨੂੰ 2 ਘੰਟੇ ਵਾਸਤੇ ਲੋਹੇ ਦੀ ਕੜਾਹੀ 'ਚ ਭਿਉ ਕੇ ਰੱਖ ਸਕਦੇ ਹਾਂ। ਆਹ ਮਹਿੰਦੀ ਨੂੰ ਹੀ, ਇਹਦੇ ਮਹਿੰਦੀ ਨੂੰ ਵੀ ਦੁਬਾਰਾ ਜੀ। ਠੀਕ ਹੈ ਜੀ, ਤੇ ਜੇ ਨਹੀਂ ਟਾਈਮ ਹੈਗਾ ਫਿਰ ਆਪਾਂ ਐਵੇਂ ਪਾਣੀ ਪਾ ਕੇ ਐਵੇਂ ਲਾ ਸਕਦੇ ਹਾਂਗੇ, ਨਹੀਂ ਜੇਕਰ ਆਪਾਂ ਮਤਲਬ ਆਹ ਜਿਹੜਾ ਕਾਲਾ ਪਾਣੀ ਹੈ ਇਹ ਆਪਾਂ ਮਹਿੰਦੀ 'ਚ ਪਾ ਲੈਣਾ। ਹਾਂਜੀ, ਹੋਰ ਪਾਣੀ ਨਹੀਂ ਪਾਉਣਾ, ਇਹੀ ਪਾਣੀ ਆਪਾਂ ਵਰਤਣਾ ਹੈਗਾ, ਤੇ ਇਹਨੂੰ ਆਪਾਂ ਸਟੋਰ ਕਰਕੇ ਕਿਸੇ ਕੱਚ ਦੀ ਸੀਸੀ 'ਚ ਰੱਖ ਸਕਦੇ, ਫਿਰ ਵੀ ਵਰਤਿਆ ਜਾਂਦਾ ਇਹ। ਠੀਕ ਹੈ, ਤੇ ਨਹੀਂ ਆਪਾਂ ਦੁਬਾਰੇ ਮੌਕੇ 'ਤੇ ਵੀ ਬਣਾ ਸਕਦੇ ਹਾਂ। ਮਤਲਬ 2 ਚਮਚੇ ਜਿਹੜੀ ਆਪਾਂ ਹਲਦੀ ਮਚਾਈ ਸੀ ਉਹਦੇ ਪਾਲੇ ਸੀਗੇ, 2 ਚਮਚੇ ਆਪਾਂ ਮਹਿੰਦੀ ਪਾਈ ਹੈ ਜੀ ਔਰਗੈਨਿਕ ਵਧੀਆ। ਠੀਕ ਹੈ, 2 ਚਮਚੇ ਮਹਿੰਦੀ ਪਾ ਲੈਣੀ ਆ। ਹਾਂਜੀ, ਤੇ ਪਾਣੀ ਪਾ ਕੇ ਮਤਲਬ ਉਹਦਾ ਘੋਲ ਜਿਹਾ ਬਣਾ ਕੇ ਪੇਸਟ ਜਿਹਾ, ਤੇ ਇਹ ਆਪਾਂ ਜੇਕਰ ਟਾਈਮ ਹੈਗਾ ਤਾਂ ਲੋਹੇ ਦੀ ਕੜਾਹੀ 'ਚ ਆਪਾਂ ਰੱਖ ਦੇਣੀ ਆ 2 ਘੰਟਿਆਂ ਵਾਸਤੇ। ਠੀਕ ਹੈ ਜੀ, ਤੇ ਨਹੀਂ ਕਿਸੇ ਵੀ ਕੱਚ ਦੀ ਜਾਂ ਲੋਹੇ ਦੀ ਕੋਈ ਵੀ ਕੌਲੀ ਆ, ਤੇ ਉਹਦੇ ਵਿੱਚ ਆਪਾਂ ਘੋਲ ਬਣਾ ਕੇ ਬਾਲਾਂ ਤੇ ਅਪਲਾਈ ਕਰ ਸਕਦੇ ਹਾਂ ਜੀ। ਠੀਕ ਹੈ ਜੀ, ਤੇ ਇਹਨੂੰ ਘੱਟ ਤੋਂ ਘੱਟ 5 ਘੰਟੇ ਤਾਂ ਰੱਖਣੀ ਰੱਖਣਾ ਜੀ, ਤੇ ਜੇ ਨਹੀਂ ਟਾਈਮ ਹੈਗਾ ਤਾਂ ਘੱਟੋ ਘੱਟ 2-3 ਘੰਟੇ ਤਾਂ ਲਾ ਕੇ ਰੱਖਣੀ ਰੱਖਣਾ। ਮਤਲਬ ਰਾਤ ਨੂੰ ਵੀ ਆਪਾਂ ਲਾ ਕੇ ਪੈ ਸਕਦੇ ਹਾਂ, ਲਾ ਕੇ ਪੈ ਸਕਦੇ ਹਾਂ ਜੀ। ਠੀਕ ਹੈ, ਪਰ ਹੁਣ ਜਿਵੇਂ ਠੰਡ ਆ ਵੀ ਰਾਤ ਨੂੰ ਐਂ ਹੋ ਜਾਂਦਾ ਵੀ ਠੰਡਾ ਹੋ ਜਾਂਦਾ ਸਿਰ, ਤੇ ਫਿਰ ਆਪਾਂ ਇਹਨੂੰ ਦਿਨੇ ਵੀ ਅਪਲਾਈ ਕਰ ਸਕਦੇ, ਘੱਟੋ ਘੱਟ 5 ਘੰਟੇ ਤਾਂ ਜ਼ਰੂਰੀ ਹੈ ਜੀ। ਠੀਕ ਹੈ ਜੀ, ਤੇ ਜੇ ਨਹੀਂ ਟਾਈਮ ਹੈਗਾ ਤਾਂ 2-3 ਘੰਟੇ ਤਾਂ ਜ਼ਰੂਰ ਲਾ ਕੇ ਰੱਖਿਓ ਜੀ, ਤੇ ਇਹਦਾ ਰਿਜ਼ਲਟ ਬਹੁਤ ਹੀ ਵਧੀਆ ਹੁੰਦਾ ਜੀ। ਸੋ ਜਿਨ੍ਹਾਂ ਨੂੰ ਮਤਲਬ ਦੂਜੀਆਂ ਡਾਈਆਂ ਤੋਂ ਮਤਲਬ ਕੋਈ ਪ੍ਰੋਬਲਮ ਹੈ, ਜਿਵੇਂ ਉਹ ਤਾਂ ਵੀ ਮਤਲਬ ਹਾਨੀਕਾਰਕ ਹੀ ਹੁੰਦੇ ਨੇ, ਨਿਗਾਹ 'ਤੇ ਵੀ ਇਫੈਕਟ ਬਹੁਤ ਜ਼ਿਆਦਾ ਪਾਉਂਦੇ, ਨਿਗਾਹ ਵੀ ਘੱਟ ਜਾਂਦੀ ਹੈ, ਅਤੇ ਜਿਹੜੀ ਐਲਰਜੀ ਹੁੰਦੀ ਉਹ ਵੱਖ ਗੱਲ ਹੈ। ਰਮਨ, ਉਹ ਮੈਂ 2-3 ਵਾਰੀ ਕਰਾਈ ਹੈ ਜਿਵੇਂ ਪਹਿਲਾਂ, ਹੁਣ ਹਾਂਜੀ, ਮੇਰੇ ਪਹਿਲਾਂ 10 ਬਾਲ ਚਿੱਟੇ ਸੀਗੇ, ਉਹਨੇ 20 ਕਰਤੇ ਜਦੋਂ ਲੋਹ ਲੱਗੀ। ਇਹ ਵੀ ਆਉਂਦੀ ਹੈ ਜੀ, ਅਤੇ ਪਰ ਇਹਦੇ ਨਾਲ ਕੋਈ ਵੀ ਨੁਕਸਾਨ ਨਹੀਂ ਹੋਣਾ, ਅਤੇ ਦੇਖੋ ਜੀ ਆਹ ਕਿੰਨੀ ਵਧੀਆ ਬਣ ਗਡਾਈ ਜਿਹੜੀ ਆਪਣੀ ਹੈਗੀ, ਅਤੇ ਬਹੁਤ ਵਧੀਆ ਜੀ ਇਹ, ਇਹਦਾ ਰਿਜ਼ਲਟ ਵੀ ਬਹੁਤ ਹੀ ਜ਼ਿਆਦਾ ਵਧੀਆ ਆਉਂਦਾ ਜੀ। ਠੀਕ ਹੈ ਜੀ, ਇਹਦਾ ਰਮਨ ਦੂਜੀ ਡਾਈ ਵਾਂਗੂ ਮਤਲਬ ਵੇਸਟ ਜਿਹਾ ਬਣ ਗਿਆ, ਹੈ ਨਾ ਜਮਾਂ। ਹਾਂਜੀ, ਅਤੇ ਬਾਕੀ ਰਮਨ ਉਹਦੇ ਤਾਂ ਸਾਈਡ ਇਫੈਕਟ ਹੀ ਬਹੁਤ ਹੁੰਦੇ ਨੇ ਦੂਜੀ ਡਾਈ ਦੇ ਤਾਂ। ਹਾਂਜੀ, ਅਤੇ ਇੱਕ ਗੱਲ ਇਹ ਵੀ ਯਾਦ ਰੱਖਿਓ ਜੀ, ਜਦੋਂ ਵੀ ਆਪਾਂ ਇਹਨੂੰ ਅਪਲਾਈ ਕਰਨਾ ਆਪਣੇ ਬਾਲ ਪਹਿਲਾਂ ਸ਼ੈਂਪੂ ਹੋਣੇ ਚਾਹੀਦੇ, ਮਤਲਬ ਤੇਲ ਨਹੀਂ ਲੱਗਿਆ ਹੋਣਾ ਚਾਹੀਦਾ, ਨਹੀਂ ਤਾਂ ਰਿਜ਼ਲਟ ਵਧੀਆ ਨਹੀਂ ਆਉਂਦਾ ਜੇਕਰ ਆਪਣੇ ਤੇਲ ਲੱਗਿਆ ਹੋਵੇ। ਇਸ ਕਰਕੇ ਬਾਲ ਚੰਗੀ ਤਰ੍ਹਾਂ ਆਪਾਂ ਧੋ ਲੈਣੇ ਨੇ ਵੀ ਤੇਲ ਆ ਜਿਹੜਾ ਉਹ ਆਪਾਂ ਕੱਢ ਲੈਣਾਗੇ, ਅਤੇ ਉਸ ਤੋਂ ਬਾਅਦ ਆਪਾਂ ਇਹਨੂੰ ਅਪਲਾਈ ਕਰ ਲੈਣਾ ਜੀ। ਅਤੇ ਹੁਣ ਆਪਾਂ ਲੱਗ ਗਏ ਜੀ, ਮੇਰਾ ਸ਼ੀਸ਼ੇ ਤੋਂ ਖੜਾ ਤਾਂ ਪੱਕੀ ਗੱਲਾਂ ਛੁੱਟ ਜੂ ਨਾ। ਹਾਂਜੀ, ਅਤੇ ਬਹੁਤ ਹੀ ਵਧੀਆ ਰਿਜ਼ਲਟ ਆਉਂਦਾ ਜੀ, ਅਤੇ ਜ਼ਰੂਰ ਟਰਾਈ ਕਰੋ ਜਿਨ੍ਹਾਂ ਨੂੰ ਬਾਲ ਚਿੱਟਿਆਂ ਦੀ ਪ੍ਰੋਬਲਮ, ਚਿੱਟੇ ਬਾਲਾਂ ਤੋਂ ਖੜਾ ਛੁੱਟ ਜੂ ਅਤੇ ਸ਼ੀਸ਼ੇ ਮੂਹਰੇ ਖੜਨ ਜੋਗਾ ਹੋ ਜੂ, ਜਿਹੜਾ ਬਾਲਾਂ ਦਾ ਕਲਰ ਵੀ ਬਹੁਤ ਹੀ ਜ਼ਿਆਦਾ ਸੋਹਣਾ ਹੋਊਗਾ, ਅਤੇ ਜ਼ਰੂਰ ਅਜ਼ਮਾ ਕੇ ਦੇਖਿਓ ਜੀ। ਠੀਕ ਹੈ ਜੀ, ਪੂਰੇ ਸ਼ਾਈਨਿੰਗ ਵੀ ਆਇਆ ਹੋ ਜੂਗਾ। ਹਾਂਜੀ, ਅਤੇ ਚਲੋ ਮੈਂ ਤੁਹਾਡੇ ਅਪਲਾਈ ਕਰਦੀ ਹਾਂ ਜੀ, ਅਤੇ ਫਿਰ ਆਪਾਂ ਦੋਸਤਾਂ ਨੂੰ ਦਿਖਾਵਾਂਗੇ। ਆ ਜਾਓ ਜੀ, ਫਿਰ ਲਾਈਏ। ਲਓ ਜੀ, ਇਹਨਾਂ ਆਪਾਂ ਚੰਗੀ ਤਰ੍ਹਾਂ ਅਪਲਾਈ ਕਰ ਲੈਣਾਗਾ ਜਿੱਥੇ ਜਿੱਥੇ ਵੀ ਬਾਲ ਚਿੱਟੇ ਨੇ, ਅਤੇ ਜੇਕਰ ਦੂਜੇ ਵਾਲਾਂ 'ਤੇ ਲੱਗ ਜੂ ਤਾਂ ਵੀ ਇਹਦਾ ਕੋਈ ਸਾਈਡ ਇਫੈਕਟ ਨਹੀਂ, ਬਹੁਤ ਵਧੀਆ ਰਿਜ਼ਲਟ ਆਉਂਦਾ। ਅਤੇ ਇਹਨੂੰ ਘੱਟੋ ਘੱਟ ਆਪਾਂ 5 ਘੰਟੇ ਤਾਂ ਰੱਖਣੇ ਰੱਖਣਾ, ਅਤੇ ਜੇਕਰ ਆਪਾਂ ਰਾਤ ਨੂੰ ਲਾ ਕੇ ਪੈਂਦੇ ਤਾਂ ਸਵੇਰੇ ਇਹਦਾ ਬਹੁਤ ਹੀ ਵਧੀਆ ਰਿਜ਼ਲਟ ਆਉਂਦਾ ਜੀ, ਅਤੇ ਪ੍ਰੋਪਰ ਚੰਗੀ ਤਰ੍ਹਾਂ ਆਪਾਂ ਇਹਦੇ ਸਾਰੇ ਕਿਤੇ ਲਗਾ ਲਾਂਗੇ ਜੀ। ਠੀਕ ਹੈ ਜੀ, ਸਵੇਰ ਤੱਕ ਜਮ੍ਹਾਂ ਗੱਲ ਕਰ ਦਿਓ। ਹਾਂਜੀ, ਇੱਕ ਰਮਨ ਜਿਵੇਂ ਮਹਿੰਦੀ ਹੁੰਦੀ ਹੈ ਜਿਹੜੀ, ਹੈ ਨਾ, ਅਤੇ ਉਹ ਬੁੜੀਆਂ ਜਿਵੇਂ ਕਈ ਵਾਰੀ ਲੱਗ ਗਈ ਦੇਖਿਆ, ਮੈਂ ਕਹਿੰਦਾ ਉਹ ਬਾਲ ਲਾਲ ਜਿਹੇ ਕਰ ਦਿੰਦੀ, ਇਹ ਲਾਲ ਜਿਹੇ ਤਾਂ ਨਹੀਂ ਕਰਦੀ ਮਤਲਬ? ਨਹੀਂ ਨਹੀਂ ਜੀ, ਇਹਦਾ ਨੈਚੁਰਲ ਜਿਹਾ ਕਲਰ ਆਊਗਾ ਜਿਵੇਂ ਆਪਣੇ ਬਾਲ ਹੁੰਦੇ ਨੇ, ਕਿਉਂਕਿ ਜਿਹੜੀ ਆਪਾਂ ਊਨ ਲਾਉਂਦੇ ਉਹਦੇ ਨੂੰ ਤਾਂ ਕਾਲੇ ਕਾਲੇ ਹੋ ਜਾਂਦੇ, ਮਤਲਬ ਉਂਝ ਹੀ ਪਤਾ ਲੱਗਣ ਲੱਗ ਜਾਂਦਾ ਵੀ ਡਾਈ ਲੱਗੀ ਹੋਈ ਆ, ਪਰ ਇਹਦੇ ਨਾਲ ਬਹੁਤ ਹੀ ਵਧੀਆ ਜਿਹੜੇ ਬਾਲ ਆ ਉਹ ਆਪਣੇ
ਓਰੀਜਨਲ ਜੇ ਲੱਗਣਗੇ ਠੀਕ ਹੈ ਜੀ, ਬਹੁਤ ਵਧੀਆ ਡਾਈ ਤੇ ਬਹੁਤ ਵਧੀਆ ਰਿਜ਼ਲਟ ਆਉਂਦਾ, ਕੋਈ ਇਹਦਾ ਸਾਈਡ ਇਫੈਕਟ ਨਹੀਂ, ਬਹੁਤ ਹੀ ਵਧੀਆ ਜੀ, ਤੇ ਜ਼ਰੂਰ ਟਰਾਈ ਕਰਿਓ। ਵੱਡੀ ਗੱਲ ਤਾਂ ਇਹ ਵੀ ਨੈਚੁਰਲ ਆ ਤੇ ਸਾਈਡ ਇਫੈਕਟ ਨਹੀਂ ਹੈਗਾ ਕੋਈ, ਸਾਈਡ ਇਫੈਕਟ ਰਹਿ ਤਾਂ ਜੀ ਆਪਣੇ ਘਰੇਲੂ ਚੀਜ਼ਾਂ ਤੋਂ, ਰਸੋਈ ਦੀਆਂ ਚੀਜ਼ਾਂ ਤੋਂ ਬਣੀਆਂ। ਹਾਂਜੀ ਸੋ ਬਹੁਤ ਵਧੀਆ ਰਿਜ਼ਲਟ ਆਉਂਦਾ ਜੀ। ਸੋ ਵੀਡੀਓ ਵਧੀਆ ਲੱਗੀ ਅੱਗੇ ਜ਼ਰੂਰ ਸ਼ੇਅਰ ਕਰਨੀ ਜੀ, ਵੀਡੀਓ ਦੇਖਣੀ ਤੁਹਾਡਾ ਬਹੁਤ ਬਹੁਤ ਧੰਨਵਾਦ।